ਸਤਿ ਸ਼੍ਰੀ ਅਕਾਲ ਜੀ ਮੈਂ ਹਮਨਪ੍ਰੀਤ ਖੁੱਲਰ ਡੇਲੀ ਪੋਸਟ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਦੋਸਤੋ ਅੱਜ ਅਸੀਂ ਸਭ ਤੋਂ ਪਹਿਲਾਂ ਸਟਾਰਟ ਕਰਾਂਗੇ ਗੱਪ ਗੋਸਪਿਪ ਤੇ ਐਂਟਰਟੇਨਮੈਂਟ ਦੀ ਤੁਹਾਨੂੰ ਦੱਸ ਦਈਏ ਕਿ ਬਾਲੀਵੁੱਡ ਦੀਆਂ ਸਭ ਤੋਂ ਹੌਟ ਅਤੇ ਬੋਲਡ ਅਭਿਨੇਤਰੀਆਂ 'ਚੋਂ ਇੱਕ ਪੂਨਮ ਪਾਂਡੇ ਨੇ ਹਾਲ ਹੀ 'ਚ ਸੋਸ਼ਲ ਮੀਡੀਆ ਤੇ ਆਪਣੀ ਇੱਕ ਵੀਡੀਓ ਪੋਸਟ ਕੀਤੀ ਹੈ ਪੂਨਮ ਦੀ ਇਹ ਵੀਡੀਓ ਇੰਟਰਨੈਟ ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਵੀਡੀਓ 'ਚ ਪੂਨਮ ਪਾਂਡੇ ਲੜਕੀਆਂ ਨੂੰ ਇੱਕ ਨਵਾਂ ਹੀ ਡ्रेसਿੰਗ ਸੈਂਸ ਦਿਖਾਉਂਦੀ ਨਜ਼ਰ ਆ ਰਹੀ ਹੈ ਤੇ ਦੋਸਤੋ ਹੁਣ ਗੱਲ ਕਰਦੇ ਆਂ ਅਰਜੁਨ ਰਾਮਪਾਲ ਦੀ ਯਾਨੀ ਕਿ ਅਰਜੁਨ ਰਾਮਪਾਲ ਅਤੇ ਉਸ ਦੀ ਪਤਨੀ ਮਹਿਰ ਨੇ ਹਾਲ ਹੀ ਚ ਹੀ ਆਪਣੇ ਰਿਸ਼ਤੇ ਨੂੰ ਲੈ ਕੇ ਵੱਖ ਹੁੰਦਾ ਇੱਕ ਸਾਂਝਾ ਬਿਆਨ ਜਾਰੀ ਕੀਤਾ ਹੈ ਇਸ ਤੋਂ ਬਾਅਦ ਅਰਜੁਨ ਰਾਮਪਾਲ ਨੇ ਇੱਕ ਮਾਡਲ ਨੂੰ ਡੇਟ ਕਰਨ ਦੀਆਂ ਵੀ ਖਬਰਾਂ ਚਰਚਾ 'ਚ ਕਾਫੀ ਆ ਰਹੀਆਂ ਨੇ ਤੇ ਦੋਸਤੋ ਜਿਵੇਂ ਕਿ ਸਭ ਨੂੰ ਪਤਾ ਹੀ ਹੈ ਬਾਲੀਵੁੱਡ ਐਕਟਰ ਤੇ ਬਿਗ ਬੌਸ 7 ਦੇ ਸਾਬਕਾ ਮੁਕਾਬਲੇਬਾਜ ਅਰਮਾਨ ਕੋਹਲੀ ਫਿਰ ਤੋਂ ਵਿਵਾਦਾਂ 'ਚ ਆ ਗਏ ਨੇ ਆਪਣੇ ਸਟਾਰ ਟੂਰਨਾਮੈਂਟ ਲਈ ਮਸ਼ਹੂਰ ਅਰਮਾਨ ਕੋਹਲੀ ਨੇ ਆਪਣੇ ਲਿਵ ਇਨ ਪਾਰਟਨਰ ਨੀਰੂ ਰੰਦਾਵਾ ਦੇ ਨਾਲ ਕੁੱਟਮਾਰ ਕਰਨ ਤੇ ਧਮਕਾਉਣ ਦਾ ਦੋਸ਼ ਹੈ ਅਰਮਾਨ ਦੀ ਪ੍ਰੇਮਿਕਾ ਨੀਰੂ ਰੰਦਾਵਾ ਨੇ ਮੁੰਬਈ ਪੁਲਿਸ ਸਟੇਸ਼ਨ 'ਚ ਮਾਮਲਾ ਵੀ ਦਰਜ ਕਰਵਾ ਲਿਆ ਹੈ ਤੋ ਦੋਸਤੋ ਜਿਵੇਂ ਕਿ ਬਰਥਡੇ ਸੀਜ਼ਨ ਚੱਲ ਰਿਹਾ ਤੇ ਇਸੇ ਤਰ੍ਹਾਂ ਹੀ ਬਾਲੀਵੁੱਡ ਐਕਟਰ ਸਲਮਾਨ ਖਾਨ ਦੇ ਭਰਾ ਸੁਹੇਲ ਖਾਨ ਨੇ ਹਾਲ ਹੀ ਜੀ ਆਪਣੇ ਬੇਟੇ ਨਿਰਵਾਨ ਦਾ ਜਨਮ ਦਿਨ ਮਨਾਇਆ ਇਸ ਮੌਕੇ ਇੱਕ ਪਾਰਟੀ ਦਾ ਵੀ ਖਾਸ ਪ੍ਰਬੰਧ ਕੀਤਾ ਗਿਆ ਸੀ ਜਿਸ 'ਚ ਸੁਹੇਲ ਦੀ ਪਤਨੀ ਸੀਮਾ ਸੱਚਦੇਵ ਤੋਂ ਇਲਾਵਾ ਮਲਾਈਕਾ ਰੋੜਾ ਤੇ ਅਰਪੀਤਾ ਬੇਟੇ ਅਹਲ ਦੇ ਨਾਲ ਵੀ ਨਜ਼ਰ ਆਈ ਤੋ ਦੋਸਤੋ ਜਿਵੇਂ ਕਿ ਮੂਵੀਜ਼ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਇੱਕ ਤੋਂ ਬਾਅਦ ਇੱਕ ਨਵੀਂ ਮੂਵੀ ਦੇਖਣ ਨੂੰ ਮਿਲਦੀ ਹੈ ਐਸੇ ਤਰ੍ਹਾਂ ਹੀ ਹੁਣ ਜੋ ਨਵੀਂ ਮੂਵੀ ਆ ਰਹੀ ਹੈ ਬਾਲੀਵੁੱਡ ਅਭਿਨੇਤਾ ਸੰਜੇ ਦਾੱਦੀ ਹੈ ਜਿ ਜੀ ਤੁਹਾਨੂੰ ਦੱਸਦੀ ਹੈ ਕਿ ਐਨੇ ਦਿਨੀ ਆਪਣੀ ਆਉਣ ਵਾਲੇ ਫਿਲਮ ਟੌਰ ਬਾਜ਼ ਦੀ ਸ਼ੂਟਿੰਗ ਦੇ ਵਿੱਚ ਰੁੱਝੇ ਹੋਏ ਨੇ ਇਸ ਫਿਲਮ 'ਚ ਨਵੀਆਂ ਅਦਾਕਾਰਾਂ ਨੂੰ ਬਾਲੀਵੁੱਡ 'ਚ ਲਾਂਚ ਕੀਤਾ ਜਾ ਰਿਹਾ ਹੈ ਇਹ ਅਦਾਕਾਰ ਹੈ ਸਨੇਹਾ ਨਾਨਾਮੰਦੀ ਸਨੇਹਾ ਸੰਜੇ ਦਾੱਦ ਦੇ ਨਾਲ ਫਿਲਮ ਟੌਰ ਬਾਜ਼ ਦੇ ਨਾਲ ਡੈਬਿਊ ਕਰਨ ਲੱਗੀ ਹੈ IPL ক্রিকেট ਮੈਚ ਸਟੇਬਾਜੀ ਨੂੰ ਲੈ ਕੇ ਹਾਲੀਜੀ ਥਾਣੇ ਕ੍ਰਾਈਮ ਬ੍ਰਾਂਚ ਚ ਪਰਦਾ ਫਾਸ਼ ਕੀਤਾ ਹੈ ਇਸ ਮਾਮਲੇ ਚ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਨੇ सोनू ਜਲਾਨ ਨਾਂ ਦੇ ਸਟੇਬਾਜ ਤੋਂ ਸਖਤੀ ਨਾਲ ਪੁੱਛਗਿੱਛ ਵੀ ਕੀਤੀ ਹੈ ਤੇ ਦੋਸਤੋ ਇਸ ਹਨ ਸਾਡੇ ਅੱਜ ਦੇ ਗੱਪ ਗੌਸਪ ਤੇ ਐਂਟਰਟੇਨਮੈਂਟ ਜਿਸ ਦੇ ਵਿੱਚ ਅਸੀਂ ਬਾਲੀਵੁੱਡ ਸਿਤਾਰਿਆਂ ਦੇ ਨਾਲ ਸੰਬੰਧਿਤ ਉਹਨਾਂ ਦੇ ਜੀਵਨ ਜਮਾਨੇ ਦੀਆਂ ਗੱਲਾਂ ਕੀਤੀਆਂ ਤੇ ਦੋਸਤੋ ਅੱਜ ਦੇ ਇਸ ایپisode ਦੇ ਵਿੱਚ ਫਿਲਹਾਲ ਇੰਨਾ ਹੀ ਹੁਣ ਮੈਨੂੰ ਦਿਓ ਇਜਾਜ਼ਤ ਤਦ ਤੱਕ ਲਈ ਧੰਨਵਾਦ